ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤੇ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਕਰਾਂਗੇ ਹਿਸਟਰੀ ਯਾਨੀ ਕਿ ਇਤਿਹਾਸ ਦੇ ਕੁਝ ਇੰਪੋਰਟੈਂਟ ਐਮਸੀਕਿਊ ਇਸ ਤੋਂ ਇਲਾਵਾ ਸਾਡੇ ਚੈਨਲ ਤੇ ਜੀਓਗ੍ਰਾਫੀ ਅਤੇ ਇਕਨੋਮਿਕਸ ਦੇ ਇੰਪੋਰਟੈਂਟ ਐਮਸੀਕਿਊ ਦੀ ਵੀਡੀਓ ਅਪਲੋਡ ਨੇ ਜੇਕਰ ਤੁਸੀਂ ਉਹ ਵੀਡੀਓ ਨਹੀਂ ਵੇਖੀ ਤਾਂ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਉਸ ਦਾ ਲਿੰਕ ਮਿਲ ਜੇਗਾ ਉੱਥੋਂ ਜਾ ਕੇ ਤੁਸੀਂ ਉਹ ਵੀਡੀਓ ਵੇਖ ਸਕਦੇ ਹੋ ਇਸ ਤੋਂ ਇਲਾਵਾ ਸਾਇੰਸ ਦੇ ਵੀ ਟੋਪਿਕ ਵਾਈਜ਼ ਚੈਪਟਰ ਜਿਹੜੇ ਕਵਰ ਕੀਤੇ ਹੋਏ ਨੇ ਉਹ ਵੀ ਤੁਸੀਂ ਜਾ ਕੇ ਵੇਖ ਸਕਦੇ ਹੋ ਸਾਡੇ ਚੈਨਲ ਦੀ ਪਲੇਲਿਸਟੇ ਜਾ ਕੇ ਵੇਖੋ ਉੱਥੇ ਤੁਹਾਨੂੰ ਟੋਪਿਕ ਵਾਈਜ਼ ਜਿਹੜੀ ਸਾਇੰਸ ਹੈਗੀ ਹੈ ਉਹ ਕਵਰ ਕਰਾਈ ਹੋਈ ਹੈ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ ਹਾਂਜੀ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਹਾਂਜੀ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਤੋਂ ਬਾਬਰ ਨੇ 1526 ਦੀ ਲੜਾਈ ਵਿੱਚ ਕਿਸ ਨੂੰ ਹਰਾਇਆ ਸੀ ਬਾਬਰ ਨੇ 1526 ਦੀ ਲੜਾਈ ਵਿੱਚ ਕਿਸ ਨੂੰ ਹਰਾਇਆ ਸੀ ਫਰਸਟ ਆਪਸ਼ਨ ਦਿੱਤਾ ਹੈ ਦੋਲਤਖਾਂ ਲੋਧੀ ਨੂੰ ਸੈਕੰਡ ਦਿੱਤਾ ਹੈ ਜੀ ਬਹਿਲੋਲ ਲੋਧੀ ਨੂੰ ਥਰਡ ਹੈਗਾ ਹੈ ਇਬਰਾਹਿਮ ਲੋਧੀ ਨੂੰ ਤੇ ਫੋਰਥ ਦਿੱਤਾ ਹੈ ਸਿਕੰਦਰ ਲੋਧੀ ਨੂੰ ਬਾਬਰ ਨੇ 1526 ਦੀ ਲੜਾਈ ਵਿੱਚ ਹਰਾਇਆ ਸੀ ਜੀ ਇਬਰਾਹਿਮ ਲੋਧੀ ਨੂੰ ਆਪਸ਼ਨ ਸੀ ਹੈ ਜਿਹੜਾ ਇਸ ਕੁਐਸਚਨ ਦਾ ਆਪਣਾ ਕ੍ਰੈਕਟ ਹੋ ਜਾਵੇਗਾ ਹਾਂਜੀ ਇਹ ਸਾਰੇ ਜਿਹੜੇ ਕੁਐਸਚਨ ਨੇ ਇਹ ਨੇ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਤੋਂ ਨੈਕਸਟ ਕੁਐਸਚਨ ਹੈਗਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਫਰਸਟ অপਸ਼ਨ ਦਿੱਤਾ ਹੈ 1269 ਵਿੱਚ ਸੈਕਿੰਡ ਦਿੱਤਾ ਜੀ 1469 ਵਿੱਚ ਥਰਡ ਹੈਗਾ 1526 ਵਿੱਚ ਤੇ ਫੋਰਥ ਦਿੱਤਾ ਹੈ 1360 ਵਿੱਚ ਹਾਂਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਜੀ 1469 ਵਿੱਚ অপਸ਼ਨ ਬੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਤੁਸੀਂ ਕਮੈਂਟ ਚ ਦੱਸਣਾ ਜੀ 1469 ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਸਥਾਨ ਤੇ ਹੋਇਆ ਸੀ ਨੈਕਸਟ ਕੁਐਸ਼ਨ ਹੈਗਾ ਤਤਾਰ ਖਾਨ ਨੂੰ ਪੰਜਾਬ ਦਾ ਨਿਜ਼ਾਮ ਕਿਸ ਨੇ ਬਣਾਇਆ ਸੀ ਫਿਰ ਤੋਂ ਰਿਪੀਟ ਕਰ ਦਿੰਨੇ ਆ ਜੀ ਤਤਾਰ ਖਾਨ ਨੂੰ ਪੰਜਾਬ ਦਾ ਨਿਜ਼ਾਮ ਕਿਸ ਨੇ ਬਣਾਇਆ ਸੀ ਫਸਟ অপਸ਼ਨ ਦਿੱਤਾ ਹੈ ਬਹਿਲੋਲ ਲੋਧੀ ਨੇ ਸੈਕੰਡ ਦਿੱਤਾ ਹੈ ਜੀ ਇਬਰਾਹਿਮ ਲੋਧੀ ਨੇ 3rd ਆਪਸ਼ਨ ਹੈਗਾ ਦੋਲਤਖਨ ਲੋਧੀ ਨੇ ਤੇ 4th ਹੈਗਾ ਸਿਕੰਦਰ ਲੋਧੀ ਨੇ ਹਾਂਜੀ ਤਤਾਰ ਖਾਨੂ ਪੰਜਾਬ ਦਾ ਨਿਜਾਮ ਬਣਾਇਆ ਸੀ ਬਹਿਲੋਲ ਲੋਦੀ ਨੇ ਆਪਸ਼ਨ 1 ਜਿਹੜਾ ਇਸ ਕੁਸ਼ਚਨ ਦਾ ਆਪਣਾ ਕਰੈਕਟ ਹੋ ਜਾਵੇਗਾ ਬਹਿਲੋਲ ਲੋਦੀ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਨੈਕਸਟ ਕੁਸ਼ਚਨ ਹੈਗਾ ਜੀ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਸ ਨੂੰ ਮੰਨਿਆ ਜਾਂਦਾ ਹੈ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਸ ਨੂੰ ਮੰਨਿਆ ਜਾਂਦਾ ਹੈ ਫਰਸਟ ਆਪਸ਼ਨ ਹੈਗਾ ਬਹਿਲੋਲ ਲੋਦੀ ਸੈਕੰਡ ਦਿੱਤਾ ਹੈ ਜੀ ਇਬਰਾਹਿਮ ਲੋਦੀ ਥਰਡ ਹੈਗਾ ਦੌਲਤਖਲ ਲੋਦੀ ਤੇ ਫੋਰਥ ਹੈਗਾ ਸਿਕੰਦਰ ਲੋਦੀ ਤਾਂ ਲੋਧੀ ਵੰਸ਼ ਦਾ ਸਭ ਤੋਂ ਜਿਹੜਾ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ ਉਹ ਹੈਗਾ ਜੀ ਸਿਕੰਦਰ ਲੋਦੀ ਇਸ ਕੁਸ਼ਣ ਦਾ ਆਪਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਫਰੈਂਡ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੀ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਧੀ ਬੀਬੀ ਫਾਤਿਮਾ ਦੀ ਸੰਤਾਨ ਮੰਨੇ ਸਨ ਆਪਣੇ ਆਪ ਨੂੰ ਕੌਣ ਹਜ਼ਰਤ ਮੁਹੰਮਦ ਦੀ ਧੀ ਬੀਬੀ ਫਾਤਿਮਾ ਦੀ ਸੰਤਾਨ ਮੰਨੇ ਸਨ ਫਸਟ অপਸ਼ਨ ਹੈਗਾ ਜੀ ਸ਼ੇਖ ਸੈਕੰਡ ਦਿੱਤਾ ਹੈ ਉਲੇਮਾ ਥਰਡ ਹੈਗਾ ਸੈयद ਤੇ ਫੋਰਥ ਦਿੱਤਾ ਹੈ ਜੀ ਕਾਜੀ ਤਾਂ ਇਸ ਕੁਸ਼ਣ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਸੈयद ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਧੀ ਬੀਬੀ ਫਾਤਿਮਾ ਦੀ ਸੰਤਾਨ ਮੰਨੇ ਸਨ ਸੈਇਦ ਨੈਕਸਟ ਕੁਐਸਚਨ ਵੱਲ ਚਲਦੇ ਆਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਦੀ ਪਤਨੀ ਬੀਬੀ ਸੁਲੱਖਣੀ ਕਿੱਥੋਂ ਦੀ ਰਹਿਣ ਵਾਲੀ ਸੀ ਫਿਰ ਤੋਂ ਰਿਪੀਟ ਕਰ ਦਿੰਨੇ ਆ ਗੁਰੂ ਨਾਨਕ ਦੇਵ ਜੀ ਦੀ ਪਤਨੀ ਬੀਬੀ ਸੁਲੱਖਣੀ ਕਿੱਥੋਂ ਦੀ ਰਹਿਣ ਵਾਲੀ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਬਟਾਲਾ ਦੀ ਸੈਕਿੰਡ ਦਿੱਤਾ ਹੈ ਜੀ ਅੰਮ੍ਰਿਤਸਰ ਦੀ ਥਰਡ ਹੈਗਾ ਬਠਿੰਡਾ ਦੀ ਤੇ ਫੋਰਥ ਹੈਗਾ ਕੀਰਤਪੁਰ ਦੀ ਹਾਂਜੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਬੀਬੀ ਸੁਲਖਣੀ ਜੀ ਬਟਾਲਾ ਦੀ ਰਹਿਣ ਵਾਲੀ ਸੀ অপਸ਼ਨ ਫਸਟ ਹੈ ਜਿਹੜਾ ਇਸ ਕੁਐਸਚਨ ਦਾ ਆਪਣਾ ਕਰੈਕਟ ਹੋ ਜਾਵੇਗਾ ਬਟਾਲਾ ਦੀ ਨੈਕਸਟ ਕੁਐਸਚਨ ਹੈਗਾ ਕਰਤਾਰਪੁਰ ਦੀ ਸਥਾਪਨਾ ਕੀਤੀ ਸੀ ਕਰਤਾਰਪੁਰ ਦੀ ਸਥਾਪਨਾ ਕਿੰਨੇ ਕੀਤੀ ਸੀ ਸਾਡੇ ਕੋਲ 4 অপਸ਼ਨ ਦਿੱਤੇ ਨੇ ਫਸਟ ਹੈਗਾ ਗੁਰੂ ਅੰਗਦ ਦੇਵ ਜੀ ਨੇ ਸੈਕੰਡ ਦਿੱਤਾ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਥਰਡ ਆਪਣੇ ਕੋਲ ਹੈਗਾ ਗੁਰੂ ਰਾਮਦਾਸ ਜੀ ਨੇ ਤੇ 4th ਦਿੱਤਾ ਹੈ ਗੁਰੂ ਅਰਜਨ ਦੇਵ ਜੀ ਨੇ ਹਾਂਜੀ ਕਰਤਾਰਪੁਰ ਦੀ ਜਿਹੜੀ ਸਥਾਪਨਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਇਸ ਕੁਐਸਚਨ ਦਾ ਆਪਸ਼ਨ B ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਗੁਰੂ ਨਾਨਕ ਦੇਵ ਜੀ ਨੇ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ ਸੱਜਣ ਠਗ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ਸੱਜਣ ਠਗ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ਫਰਸਟ ਆਪਸ਼ਨ ਹੈਗਾ ਪਟਨਾ ਵਿੱਚ ਸੈਕੰਡ ਦਿੱਤਾ ਜੀ ਸਿਆਲਕੋਟ ਵਿੱਚ ਥਰਡ ਆਪਸ਼ਨ ਹੈਗਾ ਤੁਲੁੰਬਾ ਵਿੱਚ ਤੇ ਫੋਰਥ ਹੈਗਾ ਜੀ ਕਰਤਾਰਪੁਰ ਵਿੱਚ ਸੱਜਣ ਠਗ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਹੋਈ ਸੀ ਜੀ ਤੁਲੁੰਬਾ ਵਿੱਚ অপਸ਼ਨ ਸੀ ਹੈਗਾ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਹੈਗਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ਫਸਟ অপਸ਼ਨ ਹੈਗਾ ਜੀ ਸੁਲੱਖਣੀ ਜੀ ਸੈਕਿੰਡ ਹੈਗਾ ਤ੍ਰਿਪਤਾ ਜੀ ਥਰਡ ਦਿੱਤਾ ਹੈ ਨਾਨਕੀ ਜੀ ਤੇ ਫੋਰਥ ਹੈਗਾ ਜੀ ਬੀਬੀ ਅਮਰੋ ਜੀ ਤਾਂ ਐਸ ਕੁਐਸਚਨ ਦਾ ਜਿਹੜਾ கரெக்ட் ஆன்சர் ਹੋ ਜਾਵੇਗਾ অপশন B তৃপ্ততাજી नेक्स्ट क्वेश्चन ਵੱਲ ਚਲਦੇ ਆਂ ਚਲੋ नेक्स्ट क्वेश्चन ਹੈਗਾ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦੀ ਕਦੋਂ ਬਣਾਇਆ ਸੀ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦੀ ਸੋਰੀ ਕਿੱਥੇ ਬਣਾਇਆ ਸੀ ਤਾਂ ਫਰਸਟ অপশন ਦਿੱਤਾ ਹੈ ਸਿਆਲਕੋਟ ਵਿੱਚ ਸੈਕਿੰਡ ਦਿੱਤਾ ਹੈ ਕਿਰਤਪੁਰ ਵਿੱਚ ਥਰਡ ਹੈਗਾ ਸૈયਦਪੁਰ ਵਿੱਚ ਤੇ ਫੋਰਥ ਹੈਗਾ ਪਾਕਪਟਨ ਵਿੱਚ ਤਾਂ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦੀ ਬਣਾਇਆ ਸੀ ਜੀ ਸੈਯਦਪੁਰ ਵਿੱਚ ਆਪਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂ ਜੀ ਨੈਕਸਟ ਕੁਐਸਚਨ ਹੈਗਾ ਗੋਇੰਦਵਾਲ ਵਿੱਚ ਬਾਉਲੀ ਦੀਨੀ ਕਿਸ ਨੇ ਰੱਖੀ ਸੀ ਗੋਇੰਦਵਾਲ ਵਿੱਚ ਬਾਉਲੀ ਦੀਨੀ ਕਿਸ ਗੁਰੂ ਨੇ ਰੱਖੀ ਸੀ ਫਸਟ ਆਪਸ਼ਨ ਦਿੱਤਾ ਹੈ ਜੀ ਗੁਰੂ ਅਰਜਨ ਦੇਵ ਜੀ ਨੇ ਸੈਕੰਡ ਹੈਗਾ ਜੀ ਗੁਰੂ ਨਾਨਕ ਦੇਵ ਜੀ ਨੇ ਥਰਡ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਨੇ ਤੇ ਫੋਰਥ ਹੈਗਾ ਜੀ ਗੁਰੂ ਤੇਗ ਬਹਾਦਰ ਜੀ ਨੇ ਤਾਂ ਗੋਇੰਦਵਾਲ ਵਿੱਚ ਬਾਉਲੀ ਦੀ ਜਿਹੜੀ ਨੀਂ ਰੱਖੀ ਸੀ ਗੁਰੂ ਅੰਗਦ ਦੇਵ ਜੀ ਆਪਸ਼ਨ ਸੀ ਹੈ ਜਿਹੜਾ ਇਸ ਕੁਸ਼ਚਨ ਦਾ ਆਪਣਾ ਕਰੈਕਟ ਹੋ ਜਾਵੇਗਾ ਇਹ ਕੁਸ਼ਚਨ ਹੈ ਜੀ ਚੈਪਟਰ ਹੈਗਾ ਜਿਹੜਾ ਹਿਸਟਰੀ ਦਾ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ ਨੈਕਸਟ ਕੁਸ਼ਚਨ ਹੈਗਾ ਜੀ ਗੁਰੂ ਰਾਮਦਾਸ ਜੀ ਨੇ ਕਿਹੜਾ ਨਗਰ ਵਸਾਇਆ ਸੀ ਗੁਰੂ ਰਾਮਦਾਸ ਜੀ ਨੇ ਕਿਹੜਾ ਨਗਰ ਵਸਾਇਆ ਸੀ ਫਰਸਟ অপਸ਼ਨ ਦਿੱਤਾ ਹੈ ਅੰਮ੍ਰਿਤਸਰ ਸੈਕੰਡ ਦਿੱਤਾ ਹੈ ਜਲੰਧਰ ਥਰਡ ਦਿੱਤਾ ਹੈ ਕੀਰਤਪੁਰ ਤੇ ਫੋਰਥ অপਸ਼ਨ ਹੈਗਾ ਗੋਇੰਦਵਾਲ ਹਾਂਜੀ ਗੁਰੂ ਰਾਮਦਾਸ ਜੀ ਨੇ ਜਿਹੜਾ ਨਗਰ ਵਸਾਇਆ ਸੀ ਉਹ ਹੈਗਾ ਸੀ ਜੀ ਅੰਮ੍ਰਿਤਸਰ অপਸ਼ਨ ਫਰਸਟ ਹੈ ਜਿਹੜਾ ਇਸ ਕੁਐਸਚਨ ਦਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਹੈਗਾ ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਵਿਚਕਾਰ ਕਿਸ ਨਗਰ ਦੀ ਨੀ ਰੱਖੀ ਸੀ ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਵਿਆਸ ਵਿਚਕਾਰ ਕਿਸ ਨਗਰ ਦੀ ਨੀ ਰੱਖੀ ਸੀ ਫਸਟ অপਸ਼ਨ ਦਿੱਤਾ ਹੈ ਜਲੰਧਰ ਸੈਕਿੰਡ ਦਿੱਤਾ ਹੈ ਜੀ ਗੋਇੰਦਵਾਲ ਥਰਡ ਆਪਣੇ ਕੋਲ ਹੈਗਾ ਅੰਮ੍ਰਿਤਸਰ ਤੇ ਫੋਰਥ ਦਿੱਤਾ ਹੈ ਤਰਨਤਾਰ ਤਾਂ ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਵਿਆਸ ਵਿਚਕਾਰ ਜਿਹੜੇ ਨਗਰ ਦੀ ਨੀ ਰੱਖੀ ਸੀ ਉਹ ਹੈਗਾ ਸੀ ਜੀ ਤਰਨਤਾਰ অপਸ਼ਨ ਡੀ ਹੈ ਜਿਹੜਾ ਇਸ ਕੁਸ਼ਣ ਦਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਮਿਲੀ ਸੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਮਿਲੀ ਸੀ ਫਸਟ অপਸ਼ਨ ਦਿੱਤਾ ਹੈ ਜੀ 1479 ਸੈਕਿੰਡ ਦਿੱਤਾ ਹੈ 1539 ਸੀ ਦਿੱਤਾ ਹੈ ਜੀ 1546 ਤੇ ਡੀ ਆਪਣੇ ਕੋਲ ਹੈਗਾ 1670 ਤਾਂ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਮਿਲੀ ਸੀ ਜੀ 1539 ਵਿੱਚ ਇਸ ਕੁਐਸਚਨ ਦਾ ਆਪਸ਼ਨ B ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ 1539 ਵਿੱਚ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਹੈਗਾ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਕਦੋਂ ਸਮਾਇਆ ਸਨ ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾਇਆ ਸਨ ਫਰਸਟ ਆਪਸ਼ਨ ਦਿੱਤਾ ਹੈ 1552 ਵਿੱਚ ਸੈਕੰਡ ਦਿੱਤਾ ਜੀ 1538 ਵਿੱਚ ਥਰਡ ਆਪਸ਼ਨ ਦਿੱਤਾ ਹੈ 1546 ਵਿੱਚ ਤੇ ਡੀ অপਸ਼ਨ ਹੈਗਾ 1469 ਇਸ ਵਿੱਚ ਤਾਂ ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾ ਗਏ ਸਨ 1552 ਵਿੱਚ ਤਾਂ ਇਸ ਕੁਐਸ਼ਨ ਦਾ অপਸ਼ਨ ਏ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸ਼ਨ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਐਸ਼ਨ ਹੈਗਾ ਜਹਾਂਗੀਰ ਦੇ ਸਮੇਂ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਗੁਰੂ ਕੌਣ ਸਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਜਹਾਂਗੀਰ ਦੇ ਸਮੇਂ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਗੁਰੂ ਕੌਣ ਸਨ ਫਰਸਟ ਆਪਸ਼ਨ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਸੈਕਿੰਡ ਦਿੱਤਾ ਜੀ ਗੁਰੂ ਰਾਮਦਾਸ ਜੀ ਥਰਡ ਆਪਣੇ ਕੋਲ ਹੈਗਾ ਗੁਰੂ ਅਰਜਨ ਦੇਵ ਜੀ ਤੇ ਫੋਰਥ ਦਿੱਤਾ ਹੈ ਗੁਰੂ ਰਾਮਦਾਸ ਜੀ ਤਾਂ ਜਹਾਂਗੀਰ ਦੇ ਸਮੇਂ ਸ਼ਹੀਦ ਹੋਣ ਵਾਲੇ ਸਿੱਖ ਗੁਰੂ ਸਨ ਗੁਰੂ ਅਰਜਨ ਦੇਵ ਜੀ ਤਾਂ ਇਸ ਕੁਸ਼ਣ ਦਾ ਆਪਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਸ਼ਣ ਹੈਗਾ ਗੁਰੂ ਹਰਿਕ੍ਰਿਸ਼ਨ ਜੀ ਕਦੋਂ ਗੁਰਗੱਦੀ ਤੇ ਬੈਠੇ ਸਨ ਗੁਰੂ ਹਰਿਕ੍ਰਿਸ਼ਨ ਜੀ ਕਦੋਂ ਗੁਰਗੱਦੀ ਤੇ ਬੈਠੇ ਸਨ ਫਸਟ অপਸ਼ਨ ਦਿੱਤਾ ਹੈ 1661 ਈਸਵੀ ਵਿੱਚ ਸੈਕੰਡ ਦਿੱਤਾ ਹੈ ਜੀ 1670 ਈਸਵੀ ਵਿੱਚ ਥਰਡ অপਸ਼ਨ ਹੈਗਾ 1566 ਈਸਵੀ ਵਿੱਚ ਤੇ ਡੀ ਦਿੱਤਾ ਹੈ 1538 ਈਸਵੀ ਵਿੱਚ ਹਾਂਜੀ ਗੁਰੂ ਹਰਿਕ੍ਰਿਸ਼ਨ ਜੀ ਗੁਰਗੱਦੀ ਤੇ ਬੈਠੇ ਸਨ 1661 ਈਸਵੀ ਵਿੱਚ ਤਾਂ ਇਸ ਕੁਐਸਚਨ ਦਾ ਆਪਸ਼ਨ 1st ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ। ਹਾਂਜੀ ਅੱਜ ਦਾ ਲਾਸਟ ਕੁਐਸਚਨ ਹੈਗਾ ਬਾਲ ਗੁਰੂ ਦੇ ਨਾਂ ਨਾਲ ਕਿਹੜੇ ਗੁਰੂ ਪ੍ਰਸਿੱਧ ਸਨ? ਬਾਲ ਗੁਰੂ ਦੇ ਨਾਂ ਨਾਲ ਕਿਹੜੇ ਗੁਰੂ ਪ੍ਰਸਿੱਧ ਸਨ? 1st ਆਪਸ਼ਨ ਹੈਗਾ ਗੁਰੂ ਤੇਗ ਬਹਾਦਰ ਜੀ। 2nd ਦਿੱਤਾ ਹੈ ਜੀ ਗੁਰੂ ਹਰਿਕ੍ਰਿਸ਼ਨ ਜੀ। 3rd ਆਪਸ਼ਨ ਹੈਗਾ ਗੁਰੂ ਗੋਬਿੰਦ ਸਿੰਘ ਜੀ ਤੇ 4th ਦਿੱਤਾ ਹੈ ਜੀ ਗੁਰੂ ਅਮਰਦਾਸ ਜੀ। ਤਾਂ ਇਸ ਕੁਐਸਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপশন ਨੰਬਰ B ਗੁਰੂ ਹਰਿਕ੍ਰਿਸ਼ਨ ਜੀ ਬਾਲ ਗੁਰੂ ਦੇ ਨਾਮ ਨਾਲ ਪ੍ਰਸਿੱਧ ਸਨ ਗੁਰੂ ਹਰਿਕ੍ਰਿਸ਼ਨ ਜੀ ਹਾਂਜੀ ਫਰੈਂਡ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ उदो तक टेक केअर